ਤੇ ਇਹ ਮੇਰੇ ਪੁਰਖਿਆਂ ਦਾ ਘਰ ਆ ਤੇ ਬੜਾ ਮੈਨੂੰ ਖਿੱਚ ਬਹੁਤ ਹੈ ਇਸ ਘਰ ਦੇ ਨਾਲ, ਮੇਰੀਆਂ ਜੜ੍ਹਾਂ ਨੇ, ਮੇਰੇ ਮਾਤਾ ਮੇਰੇ ਪਿਤਾ ਜੀ ਦਾ ਜਨਮ ਇੱਥੇ ਹੋਇਆ, ਤਾਇਆ ਜੀ ਦਾ, ਸਾਰਿਆਂ ਦਾ, ਭੂਆ ਜੀ, ਚਾਚਾ ਜੀ ਦਾ, ਦਾਦੀ ਦਾਦਾ ਜੀ ਦਾ, ਇੱਥੇ ਦਾ ਇਹ ਘਰ ਦੇ ਵਾਰਸ ਸਨ ਜੋ ਬਟਵਾਰਾ ਹੋਣ ਕਰਕੇ ਮਜ਼ਬੂਰੀ ਕਾਰਨ ਜਿੱਦਾਂ ਦੋ ਦੇਸ਼ਾਂ ਦੀ ਵੰਡ ਪੈਣ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ ਅਤੇ ਮੈਨੂੰ ਬੜੀ ਖਿੱਚ ਸੀਗੀ ਕਿ ਮੈਂ ਆਪਣੇ ਪੁਰਖਿਆਂ ਦੀ ਧਰਤੀ ਨੂੰ ਕਦੀ ਮੱਥੇ ਨੂੰ ਤੋੜ ਲਾਵਾਂ, ਕਦੀ ਮੈਂ ਜਾਵਾਂ। ਅਤੇ ਇੱਕ ਜਿੱਦਾਂ ਬੰਦੇ ਨੂੰ ਸਕੂਨ ਜਿਹਾ ਆਉਂਦਾ ਨਾ, ਜਿੱਦਾਂ ਹੁਣ ਮੈਨੂੰ ਮੇਰੇ ਮਨ 'ਚ ਆ, ਮੈਨੂੰ ਖੁਸ਼ੀ ਬੜੀ ਹੈ ਵੀ ਮੈਨੂੰ ਆਪਣਾ ਘਰ ਲੱਭ ਗਿਆ। ਇਹ ਹੱਥ ਲਾਇਆ ਵੀ ਦੁੱਖ ਦੇ ਨੇ, ਮਲਮ ਲਾਇਆ ਵੀ ਦੁੱਖ ਦੇ ਨੇ, ਇਹ ਹੱਥ ਲਾਇਆ ਵੀ ਦੁੱਖ ਦੇ ਨੇ, ਮਲਮ ਲਾਇਆ ਵੀ ਦੁੱਖ ਦੇ ਨੇ। ਥੋੜਾ ਮਹਿਸੂਸ ਤੇ ਘਾਟ ਮਹਿਸੂਸ ਹੋਈ ਮੈਨੂੰ ਆਪਣੇ ਪਿਤਾ ਜੀ ਦੀ, ਆਪਣੇ ਤਾਇਆ ਜੀ ਦੀ, ਸਾਰਿਆਂ ਦੀ ਮਹਿਸੂਸ ਤਾਂ ਹੁੰਦੀ ਹੈ। ਅਤੇ ਇਹ ਗੱਲ ਵੀ ਜੇ ਅੱਜ ਹੁੰਦੇ ਤਾਂ ਬੜੀ ਮੈਨੂੰ ਖੁਸ਼ੀ ਹੁੰਦੀ, ਬਹੁਤ ਜ਼ਿਆਦਾ ਮੈਨੂੰ ਚੰਗਾ ਲੱਗਣਾ ਸੀ, ਬੇਹੱਦ ਖੁਸ਼ੀ ਹੁੰਦੀ ਜੇ ਪਿਤਾ ਜੀ ਜੀ ਹੁੰਦੇ। ਉਹਨਾਂ ਦੇ ਨਾਲ ਮੈਂ ਆਉਂਦੀ ਨਾ ਅਤੇ ਮੈਂ ਬੜਾ ਕਹਿ ਲਓ ਕਿ ਸਿਰ ਉੱਚਾ ਕਰਕੇ ਹੋ ਜਾਂਦੀ ਵੀ ਅੱਜ ਅਸੀਂ ਇਕੱਠੇ ਚੱਲੇ ਹਾਂ। ਇਸ ਚੀਜ਼ ਦੀ ਮੈਨੂੰ ਘਾਟ ਮਹਿਸੂਸ ਹੋਈ ਆ, ਰੱਬ ਮਿਹਰ ਕਰੇ। ਮੈਂ ਕਹਿੰਦੀ ਮੇਰੇ ਪਰਿਵਾਰ ਨੂੰ, ਜਿਹੜਾ ਮੇਰਾ ਪੇਕਾ ਪਰਿਵਾਰ ਆ, ਮੇਰੇ ਭਰਾ ਨੇ ਸਾਰੇ, ਮੈਂ ਕਹਿੰਦੀ ਦੁਬਾਰਾ ਉਹਨਾਂ ਨੂੰ ਕਿਤੇ ਸਮਾਂ ਮਿਲੇ ਤਾਂ ਉਹ ਆ ਕੇ ਇੱਕ ਵਾਰੀ ਇਕੱਠੇ ਦਰਸ਼ਨ ਕਰਨ, ਦੇਖਣ ਆਪਣੇ ਯਾਦਾਂ ਘਰ ਦੀਆਂ ਕਿ ਸਾਡੇ ਪਿਤਾ ਜੀ, ਸਾਡੇ ਦਾਦਾ ਦਾਦੀ ਜੀ ਇਸ ਘਰ ਵਿੱਚ ਰਹੇ ਨੇ, ਕਿੰਨਾ ਸੁੱਖ ਮਾਣਿਆ ਹੋਊਗਾ। ਹਾਂਜੀ, ਉਸ ਵੇਲੇ ਕਿੰਨੀਆਂ ਕਹਿੰਦੇ ਹੁੰਦੇ ਸੀ ਲਵੇਰਾ ਘਰ 'ਚ, ਉਹ ਅਸੀਂ ਅੱਧੇ ਘਰ ਵਿੱਚ ਜਿੱਦਾਂ ਹਵੇਲੀ ਸੀ ਉਹਦੇ ਘਰ 'ਚ ਰਹਿੰਦੇ ਸੀਗੇ ਮੇਰੇ ਦਾਦੀ ਜੀ ਵੀ। ਮੈਨੂੰ ਇੱਦਾਂ ਯਾਦ ਹੁੰਦਾ ਇੱਥੇ ਕਿਤੇ ਬੈਠੇ ਹੋਣਗੇ, ਕਿਤੇ ਦੁੱਧ ਰਿੜਕਦੇ ਹੋਣਗੇ, ਕਿਤੇ ਗੱਲਾਂ ਕਰਦੇ ਹੋਣਗੇ, ਕਿਤੇ ਰੋਟੀ ਬਣਾਉਂਦੇ ਹੋਣਗੇ, ਸਾਰੀਆਂ ਯਾਦਾਂ। ਕਿਤੇ ਚੁੱਲ੍ਹਾ ਚੌਂਕਾ ਹੋਊਗਾ, ਕਿਤੇ ਨਲਕਾ ਲੱਗਿਆ ਹੋਏਗਾ, ਆਹ ਦਰਖਤ ਦੇਖਦੀ ਪਈ ਹਾਂ, ਹੋ ਸਕਦਾ ਦਰਖਤ ਪੁਰਾਣਾ ਹੋਵੇ, ਹੋ ਸਕਦਾ ਨਵਾਂ ਵੀ ਹੋਵੇ। ਜੀ ਜੀ, ਤੇ ਇੱਦਾਂ ਹੁਣ ਮੇਰੇ ਮਨ 'ਚ ਇਹ ਖਿਆਲ ਆਉਂਦੇ ਨੇ ਵੀ ਕਿੰਨਾ, ਜੇ ਅਸੀਂ ਨਵਾਂ ਲੱਗ ਗਿਆ ਹੋਊਗਾ, ਅਤੇ ਕਿਤੇ ਮੈਨੂੰ ਇੱਦਾਂ ਮਨ 'ਚ ਆਉਂਦਾ ਵੀ ਜੇ ਕਿਤੇ ਉਹੀ ਦਰਖਤ ਹੋਊਗਾ ਸ਼ਾਇਦ, ਕਿਤੇ ਇਸ ਦਰਖਤ ਦੀ ਛਾਵੇਂ ਬੈਠ ਕੇ ਮੇਰੇ ਦਾਦੀ ਜੀ ਕਿਤੇ ਘਰ ਦਾ ਕੰਮ ਕਰਦੇ ਹੋਣਗੇ, ਮੇਰੇ ਪਿਤਾ ਜੀ ਕਿਤੇ ਦਰਖਤ 'ਤੇ ਬੈਠ ਕੇ ਥੱਲੇ ਖਾਣਾ ਖਾਂਦੇ ਹੋਣਗੇ, ਪ੍ਰਸ਼ਾਦਾ ਛੱਡਦੇ ਹੋਣਗੇ, ਤਾਇਆ ਜੀ, ਚਾਚਾ ਜੀ, ਖੇਡੇ ਮੱਲੇ ਨੇ, ਭੂਆ ਜੀ ਹੋਣੀ, ਕਿਤੇ ਇੱਥੇ ਪੰਜੇ 'ਤੇ ਬੈਠ ਕੇ ਕਿਤੇ ਮੇਰੇ ਦਾਦੀ ਨੇ ਆਪਣੇ ਬੱਚਿਆਂ ਦੇ ਸਿਰ ਵਾਹੇ ਹੋਣਗੇ। ਮੇਰੇ ਪਿਤਾ ਜੀ ਨੇ ਮੈਨੂੰ ਸੁਪਨੇ 'ਚ ਕਿਹਾ ਵੀ ਤੂੰ ਜਾ ਕੇ ਆਈ ਆ, ਮੈਂ ਕਿਹਾ ਹਾਂਜੀ, ਅਤੇ ਮੈਨੂੰ ਕਹਿੰਦੇ ਤੈਨੂੰ ਮਾਨਾ ਮਿਲਿਆ ਸੀਗਾ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ, ਮੈਂ ਕਿਹਾ ਹਾਂਜੀ ਮਿਲੇ ਸੀ, ਕਹਿੰਦੇ ਮੈਂ ਵੀ ਜਾਣਾ ਸੀ, ਮੈਂ ਜਾ ਨਹੀਂ ਸਕਿਆ। ਅਤੇ ਸੁਪਨੇ ਵਿੱਚ ਮੈਂ ਕਿਹਾ ਚਲੋ ਤੁਸੀਂ ਮਿਲਣਾ ਚਾਹੁੰਦੇ ਤੁਹਾਡੀ ਮੈਂ ਗੱਲ ਕਰਾ ਦਿੰਦੀ ਹਾਂ, ਜਿਹੜਾ ਭਾਬੀ ਜੀ ਕੋਲ ਬੈਠੇ ਸੁਪਨੇ ਦੀ ਗੱਲ ਆ, ਮੈਂ ਕਿਹਾ ਚਲੋ ਆ ਮੈਂ ਤੁਹਾਡੇ ਨਾਲ ਗੱਲ ਕਰਾਉਂਦੀ। ਇਹ ਵੀਡੀਓ ਕਾਲ ਲੈ ਕੇ ਇੱਦਾਂ ਆਉਂਦੀ ਹੈ ਜਿਹਨਾਂ ਦੇ ਘਰ, ਕਹਿੰਦੇ ਬਾਜੀ ਅਸੀਂ ਆਏ ਤੁਹਾਡੇ ਘਰ, ਉਹ ਕਹਿੰਦੇ ਆਜੋ ਆਜੋ ਆਜੋ, ਉਹ ਬੀਬੀ ਕੋਈ ਹੋਰ ਆ, ਉਹ ਪੌੜੀਆਂ ਚੜ੍ਹ ਕੇ ਉੱਪਰ ਜਿੱਦਾਂ ਜਬਾਰੇ ਤੋਂ ਤੇਲ ਸਬਜ਼ੀ ਬਣਾਉਂਦੀ ਹੈ, ਅਤੇ ਜਿੱਦਾਂ ਮੈਂ ਪਿਤਾ ਜੀ ਨੂੰ ਫਟ ਦਾ ਪਤਾ ਲੱਗ ਜਾਂਦਾ ਕਿ ਰੂਹ ਜਿਹੜੀ ਬੰਦਾ ਚਲੋ ਦੁਨੀਆ 'ਤੇ ਚਲੇ ਜਾਂਦਾ ਪਰ ਜਿਹੜੀ ਰੂਹ ਹੁੰਦੀ ਨਾ ਰੂਹ ਨਹੀਂ ਮਰਦੀ, ਆਤਮਾ ਜੀਂਦੀ ਰਹਿੰਦੀ। ਅਤੇ ਮੈਨੂੰ ਹੁਣ ਲੱਗਦਾ ਮਹਿਸੂਸ ਹੁੰਦਾ ਵੀ ਜਿੱਦਾਂ ਮੈਂ ਹੁਣ ਅੱਜ ਆਈ ਹਾਂ, ਸ਼ਾਇਦ ਹੁਣ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਹੋਗਾ ਮੇਰੀ ਧੀ ਗਈ ਤੁਹਾਡੇ ਸੱਜੇ ਖੱਬੇ ਨੂੰ ਤੁਹਾਡੇ ਨਾਲ ਮੇਰੇ ਨਾਲ ਹੁੰਦੀ, ਤਾਂ ਮਾਂ ਪਿਓ ਸਾਇਆ ਕਿਤੇ ਜਾਂਦਾ ਨਹੀਂ ਹੁੰਦਾ, ਨਾਲ ਹੀ ਹੁੰਦਾ ਆ। ਕਿੱਦਾਂ ਦਾ ਲੱਗਾ ਜਿੱਦਾਂ ਬੀਬੀ ਜੀ ਦੇ ਨਾਨਕੇ ਨੇ, ਹਨਾ ਮਾਮਾ ਜੀ ਲੱਗਦੇ ਸਾਨੂੰ? ਸਾਨੂੰ ਬਹੁਤ ਅੱਛਾ ਲੱਗਾ। ਅੱਛਾ, ਇਹ ਸਾਡੇ ਭਰਜਾਈ ਹੈ, ਸਾਡੇ ਭਾਈ ਦੇ ਘਰੋਂ। ਠੀਕ ਹੈ, ਠੀਕ ਹੈ। ਅਤੇ ਸਾਡੇ ਫੁੱਫੋ ਦੇ ਆਪਣਾ ਬਹੂ ਨੇ, ਨੂੰਹ ਨੇ, ਹਾਂਜੀ ਉਹਨਾਂ ਦੀ। ਠੀਕ ਹੈ, ਅਤੇ ਇਹਦਾ ਕ੍ਰੈਡਿਟ ਸਾਰਾ ਤਾਂ ਸਾਡੀ ਭੈਣ ਨੂੰ ਜਾਂਦਾ, ਜਿਹਨੇ ਬੜੀ ਐਫਰਟ ਕੀਤੀ ਪਹਿਲਾਂ ਆ ਕੇ ਸਾਨੂੰ ਮਿਲੀ ਭੈਣ ਸਾਡੀ, ਅਤੇ ਅਸੀਂ ਤਾਂ ਇਹਦੇ ਸ਼ੁਕਰਗੁਜ਼ਾਰ ਹਾਂ ਬਹੁਤ ਜ਼ਿਆਦਾ। ਜੀ ਜੀ, ਮਤਲਬ ਸਾਰੀ ਗਰਾਊਂਡ ਬਣਾਈ। ਹਾਂਜੀ, ਔਰ ਬੜੀ ਐਫਰਟ ਕਰਕੇ ਪਹਿਲਾਂ
ਇਹਨਾਂ ਨੂੰ ਪਤਾ ਕਿਸ ਤਰ੍ਹਾਂ ਇਹਨਾਂ ਕੋਸ਼ਿਸ਼ ਕਰਕੇ ਫੋਨ ਨੰਬਰ ਲਿਆ, ਮੁਲਾਕਾਤ ਫੋਨ 'ਤੇ ਕਾਲ ਕਰਨੀ ਸ਼ੁਰੂ ਕੀਤੀ, ਫਿਰ ਆਏ, ਫਿਰ ਮਿਲੇ, ਸਹੀ, ਫਿਰ ਅੱਗੋਂ ਨਾਲ ਸਾਡੀ ਉਹ ਭਰਜਾਈ ਨੂੰ ਵੀ ਅੱਗੋਂ ਲੈ ਕੇ ਆਏ ਭੈਣ ਦੀ, ਸਹੀ, ਉਹ ਇਹ ਸਿਲਸਿਲਾ ਹੀ ਚੱਲ ਪਿਆ। ਉਹ ਇਨਸ਼ਾਅੱਲਾ ਅੱਗੋਂ ਉਮੀਦ ਹੈ ਹੋਰ ਵੀ ਜੀ ਆਉਣਗੇ। ਜੀ ਸਤਿ ਸ਼੍ਰੀ ਅਕਾਲ ਮਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹਾਲ ਹੈ? ਠੀਕ ਹੋ? ਠੀਕ ਹੈ ਜੀ, ਬਿਲਕੁਲ। ਸਭ ਤੋਂ ਪਹਿਲਾਂ ਜੀ ਅਸੀਂ ਤੁਹਾਨੂੰ, ਤੁਸੀਂ ਪਾਕਿਸਤਾਨ ਵਿਜ਼ਿਟ ਕਰਨ ਵਾਸਤੇ ਆਏ ਸਾਡੇ ਵੱਲੋਂ, ਜੀ ਆਇਆਂ ਨੂੰ ਵੈਲਕਮ ਜੀ। ਥੈਂਕ ਯੂ ਜੀ। ਹਾਂਜੀ, ਤਾਂ ਦੂਸਰੀ ਵੱਡੀ ਜਿਹੜੀ ਸਪੈਸ਼ਲੀ ਜਿਹੜੀ ਖੁਸ਼ਖਬਰੀ ਹੈ, ਉਹ ਤੁਹਾਨੂੰ ਕਹਿ ਲਓ ਕਿ ਸਾਡੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ, ਵਧਾਈਆਂ, ਅਤੇ ਰੱਬ ਸੋਹਣੇ ਨੇ ਤੁਹਾਨੂੰ ਦੂਸਰੀ ਦਫ਼ਾ ਮੌਕਾ ਦਿੱਤਾ ਕਿ ਅੱਜ ਤੁਸੀਂ ਆਪਣੇ ਬਜ਼ੁਰਗਾਂ ਦੇ, ਆਪਣੇ ਵਡੇਰਿਆਂ ਦੇ, ਆਪਣੇ ਪੁਰਖਿਆਂ ਦੇ ਪਿੰਡ ਆਪਣਾ ਤਸ਼ਰੀਫ ਲੈ ਕੇ ਆਏ। ਪਿੰਡ ਕੁੱਲੂਵਾਲ, ਤਹਿਸੀਲ ਸੰਭੜਿਆਲ ਔਰ ਜ਼ਿਲ੍ਹਾ ਸਿਆਲਕੋਟ, ਜਦਕਿ 1947 ਤੋਂ ਪਹਿਲੇ ਤਹਿਸੀਲ ਡਸਕਾ ਸੀ। ਠੀਕ ਹੈ ਜੀ। ਅੱਛਾ ਮਾਂ ਜੀ, ਤੁਹਾਡਾ ਨਾਮ ਪਰਮਜੀਤ ਕੌਰ। ਮੈਂ ਚਾਹੁੰਦਾ ਥੋੜ੍ਹਾ ਜਿਹਾ ਨਾ ਆਪਣੇ ਬਜ਼ੁਰਗਾਂ ਦੇ ਬਾਰੇ ਵੀ ਸਾਨੂੰ ਦੱਸ ਦੇਵੋ। ਕੌਣ ਬਜ਼ੁਰਗ ਸਨ ਜਿਹੜੇ ਤੁਹਾਡੇ ਇੱਥੋਂ ਉੱਠ ਕੇ ਮੂਵ ਕਰਕੇ ਚਲੇ ਗਏ? ਦਾਦਾ ਜੀ ਸਨ, ਫਾਦਰ ਜੀ ਸਨ, ਉਹਨਾਂ ਦੀ ਕਿੰਨੀ ਉਮਰ ਸੀ, ਸਾਰਾ ਜ਼ਰਾ ਵੇਰਵਾ ਕਰਨ ਦਫਾ। ਹਾਂਜੀ, ਮੇਰੇ ਦਾਦਾ ਜੀ ਸਨ ਸਰਦਾਰ ਲਾਭ ਸਿੰਘ ਜੀ ਚੌਧਰੀ, ਉਹਨਾਂ ਨੂੰ ਕਹਿੰਦੇ ਸਨ। ਅੱਛਾ। ਤੇ ਮੇਰੇ ਦਾਦੀ ਜੀ ਸਨ ਮਾਇਆ ਕੌਰ ਜੀ, ਤੇ ਇੱਥੇ ਹੀ ਜਨਮ ਹੋਇਆ ਮੇਰੇ ਤਾਇਆ ਜੀ ਦਾ, ਮੇਰੇ ਪਿਤਾ ਜੀ ਦਾ, ਮੇਰੇ ਚਾਚਾ ਜੀ ਦਾ, ਮੇਰੇ ਭੂਆ ਜੀ ਸਨ, ਸਾਰਿਆਂ ਦਾ ਜਨਮ ਇੱਥੇ ਹੋਇਆ। ਤੇ 14 ਸਾਲ ਦੀ ਉਮਰ ਸੀ ਮੇਰੇ ਪਿਤਾ ਜੀ ਜਦੋਂ ਬਟਵਾਰਾ ਹੋਇਆ। ਠੀਕ ਹੈ। ਤੇ ਬਸ ਇੰਨਾ ਕੁ ਸੁਣਿਆ ਸੀ ਵੀ ਸਾਡਾ ਇੱਥੇ ਆਪਣਾ ਘਰ ਆ, ਅਸੀਂ ਵੀ ਘਰ ਵੱਡਾ ਸੀ, ਅੱਧੀ ਜਗ੍ਹਾ ਵਿੱਚ ਹਵੇਲੀ ਸੀ, ਅੱਧੀ ਜਗ੍ਹਾ ਦੇ ਵਿੱਚ ਮਤਲਬ ਕਿ ਘਰ ਸੀਗਾ। ਠੀਕ ਹੈ। ਤੇ ਇੰਨਾ ਕੀ ਬਸ ਪਤਾ ਹੈ, ਬਾਕੀ ਮੈਨੂੰ ਬਹੁਤਾ ਨਹੀਂ ਪਤਾ। ਬਾਕੀ ਚਲੋ, ਤੁਸੀਂ ਇੱਥੇ ਆ ਕੇ ਪੁੱਛਿਆ ਗਿੱਛਿਆ ਜੋ ਇਸ ਘਰ ਦੇ ਵਸਨੀਕ ਨੇ, ਉਹਨਾਂ ਕਿਹਾ ਜੀ ਪੁਰਾਣਾ ਘਰ ਤਾਂ ਨਹੀਂ ਰਿਹਾ, ਨਕਸ਼ਾ ਚੇਂਜ ਹੋ ਗਿਆ। ਅਤੇ ਲਾਸਟ ਟਾਈਮ ਜਦੋਂ ਤੁਸੀਂ ਪਾਕਿਸਤਾਨ ਆਏ ਸੋ ਤਾਂ ਕੋਈ ਪੁਰਾਣੀ ਨਿਸ਼ਾਨੀ, ਕੋਈ ਪੁਰਾਣਾ ਕੋਈ ਖੋਲਾ ਤੁਹਾਨੂੰ ਵੇਖਣ ਨੂੰ ਮਿਲਿਆ ਗਿਆ ਇੱਦਾਂ ਹੀ ਸੀ? ਨਹੀਂ। ਅੱਛਾ, ਉਦੋਂ ਵੀ ਚੇਂਜ ਹੋ ਗਿਆ ਸੀ? ਹਾਂਜੀ। ਲੇਕਿਨ ਇਹ ਪੱਕਾ ਸ਼ੋਰ ਤੁਸੀਂ ਇੱਕ ਘਰ ਆਇਆ ਹੀ ਸੀ? ਹੈ ਨਾ, ਪਹਿਲਾਂ ਜਦੋਂ ਦੇਖਿਆ ਸੀ ਉਹ ਦੂਸਰਾ ਦਿਖਾਤਾ ਸੀ, ਫਿਰ ਬਾਅਦ 'ਚ ਸਾਡੇ ਭੂਆ ਜੀ ਜਿਹੜੇ ਉਹਨਾਂ ਦੱਸਿਆ, ਕਹਿੰਦੇ ਉਹ ਨਹੀਂ ਸੀ ਇਹ ਘਰ ਸੀ, ਬਾਅਦ 'ਚ ਕਨਫਰਮੇਸ਼ਨ ਹੋਈ ਕਿ ਨਹੀਂ ਘਰ ਦੇ। ਤੇ ਇਹ ਮੇਰੇ ਪੁਰਖਿਆਂ ਦਾ ਘਰ ਆ, ਤੇ ਬੜਾ ਮੈਨੂੰ ਖਿੱਚ ਬਹੁਤ ਹੈ ਇਸ ਘਰ ਦੇ ਨਾਲ, ਮੇਰੀਆਂ ਜੜ੍ਹਾਂ ਨੇ। ਮੇਰੇ ਮਾਤਾ, ਮੇਰੇ ਪਿਤਾ ਜੀ ਦਾ ਜਨਮ ਇੱਥੇ ਹੋਇਆ, ਤਾਇਆ ਜੀ ਦਾ, ਸਾਰਿਆਂ ਦਾ, ਭੂਆ ਜੀ, ਚਾਚਾ ਜੀ ਦਾ, ਦਾਦੀ ਦਾਦਾ ਜੀ ਦਾ। ਇੱਥੇ ਦਾ ਇਹ ਘਰ ਦੇ ਵਾਰਸ ਸਨ ਜੋ ਬਟਵਾਰਾ ਹੋਣ ਕਰਕੇ ਮਜਬੂਰੀ ਕਰਨ, ਜਿੱਦਾਂ ਦੋ ਦੇਸ਼ਾਂ ਦੀ ਵੰਡ ਪੈਣ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ। ਅਤੇ ਮੈਨੂੰ ਬੜੀ ਖਿੱਚ ਸੀਗੀ ਕਿ ਮੈਂ ਆਪਣੇ ਪੁਰਖਿਆਂ ਦੀ ਧਰਤੀ ਨੂੰ ਕਦੀ ਮੱਥੇ ਨੂੰ ਤੋੜ ਲਾਵਾਂ, ਕਦੀ ਮੈਂ ਜਾਵਾਂ। ਅਤੇ ਇੱਕ ਜਿੱਦਾਂ ਬੰਦੇ ਨੂੰ ਸਕੂਨ ਜਿਹਾ ਆਉਂਦਾ ਨਾ, ਜਿੱਦਾਂ ਹੁਣ ਮੈਨੂੰ, ਮੇਰੇ ਮਨ 'ਚ ਆ, ਮੈਨੂੰ ਖੁਸ਼ੀ ਬੜੀ ਹੈ ਵੀ ਮੈਨੂੰ ਆਪਣਾ ਘਰ ਲੱਭ ਗਿਆ। ਪਿਛਲੀ ਵਾਰ ਮੇਰੇ ਘਰ 'ਤੇ ਲੱਭਾ ਸੀ, ਪਰ ਥੋੜ੍ਹਾ ਜਿਹਾ ਮਿਸਟੇਕ ਨਾਲ ਦੂਸਰਾ ਘਰ ਦੇਖਿਆ ਗਿਆ, ਪਰ ਹੁਣ ਅਸਲੀ ਘਰ ਮੈਨੂੰ ਹੁਣ ਲੱਭਿਆ ਆਪਣੇ ਦਰ 'ਤੇ। ਬਿਲਕੁਲ ਜੀ, ਖੁਸ਼ੀ ਵਿਹੜਾ ਵਿੱਚ ਜਿੱਥੇ ਤੁਹਾਡੇ ਬਜ਼ੁਰਗ ਨਾ ਖੇਡਾਂ ਮਲਦੇ ਰਹੇ, ਜਵਾਨ ਹੋਏ, ਜਿੱਥੇ ਜੰਮੇ ਭਲੇ, ਅਤੇ ਤੁਹਾਡੇ ਨਾਲ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ। ਮੈਂ ਤਾਂ ਆਪਣੇ ਆਪ ਨੂੰ ਬਹੁਤ ਕਹਿ ਲਓ ਕਿ ਮੈਂ ਲੱਕੀ ਸਮਝਦੀ ਹਾਂ ਕਿ ਮੇਰੇ ਪਰਿਵਾਰ ਵਿੱਚੋਂ ਨਾ ਤਾਂ ਕੋਈ ਇੱਥੇ ਦਰਸ਼ਨ ਕਰਨ ਆਇਆ, ਅਤੇ ਨਾ ਹੀ ਕੋਈ ਇਸ ਪਿੰਡ ਦੇ ਵਿੱਚ ਦੁਬਾਰਾ ਹੋਇਆ ਨਰਸ ਨਗਰ ਦੇ ਵਿੱਚ। ਨਗਰ ਦੀ ਗੱਲ ਛੱਡੇ, ਇਸ ਘਰ ਦੇ ਵਿੱਚ ਫਸਟ ਟਾਈਮ ਮੈਂ ਵੀ ਆਈ ਹਾਂ, ਅਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ। ਮੇਰੇ ਲਈ ਤਾਂ ਮਤਲਬ ਕਹਿ ਲਓ ਕਿ ਆਪਣੀ ਫੈਮਿਲੀ ਦੇ ਵਿੱਚੋਂ ਵਾਹ ਤੁਸੀਂ ਹੋ, ਮੈਂ ਆਈ ਹਾਂ, ਜਿਹਨਾਂ ਨੂੰ ਮਤਲਬ ਕਿ ਮੌਕਾ ਮਿਲਿਆ। ਸੈਕਿੰਡ ਟਾਈਮ ਮੈਂ ਗੁਰਦੁਆਰੇ ਦੇ ਦਰਸ਼ਨ ਗਾ, ਫਸਟ ਟਾਈਮ ਮੈਂ ਇਸ ਘਰ ਦੇ ਵਿੱਚ ਆਈ ਹਾਂ, ਬਹੁਤ ਵੱਡੀ ਗੱਲ ਹੈ। ਜੇ ਮੇਰੇ ਮਨ 'ਚ ਇਹ ਹੈ ਵੀ ਜੇ ਕਿਤੇ ਅੱਜ ਪਿਤਾ ਜੀ ਜਿਉਂਦੇ ਹੁੰਦੇ ਤਾਂ ਕਿੰਨੀ ਚੰਗੀ ਗੱਲ ਹੁੰਦੀ, ਆਉਂਦੇ ਤਾਂ ਅੱਜ ਆਪਣੇ ਉਸ ਧਰਤੀ ਨੂੰ, ਉਸ ਥਾਂ ਨੂੰ ਜਿੱਥੇ ਖੇਡੇ ਮੱਲੇ ਪਲੇ ਸੀ, 13-14 ਸਾਲ ਦੀ ਉਮਰ ਇੱਥੇ ਖੂਹ ਸੀ ਆਪਣਾ ਨੇੜੇ, ਇੰਨੀ ਜ਼ਮੀਨ ਦੇ ਮਾਲਕ ਸਨ, ਅਤੇ ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਅੱਜ ਤਾਇਆ ਜੀ ਜਿਉਂਦੇ ਹੁੰਦੇ। ਜੇ ਕਿਤੇ ਉਹ ਨਾਲ ਆਏ ਹੁੰਦੇ ਜੋ ਉਹਨਾਂ ਨੇ ਦੱਸਣਾ ਸੀ ਉਹ ਸਾਨੂੰ ਨਹੀਂ ਪਤਾ, ਉਹ ਲੋਕ ਜਿਹੜੇ ਵੱਡੀ ਉਮਰ ਦੇ ਨੇ ਉਹ ਤਾਂ ਰਹੇ ਨਹੀਂ, ਅਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਕੋਈ ਪੁਰਾਣੀ ਗੱਲ ਦਾ ਪਤਾ ਨਹੀਂ ਹੁੰਦਾ, ਅਤੇ ਇਸ ਕਰਕੇ ਥੋੜ੍ਹਾ ਮਹਿਸੂਸ ਹੈ, ਘਾਟ ਮਹਿਸੂਸ ਹੋਈ ਮੈਨੂੰ ਆਪਣੇ ਪਿਤਾ ਜੀ ਦੀ, ਆਪਣੇ ਤਾਇਆ ਜੀ ਦੀ, ਸਾਰਿਆਂ ਦੀ ਮਹਿਸੂਸ ਤਾਂ ਹੁੰਦੀ ਹੈ। ਅਤੇ ਇਹ ਗੱਲ ਹੈ ਵੀ ਜੇ ਅੱਜ ਹੁੰਦੇ
ਤੇ ਬੜੀ ਮੈਨੂੰ ਖੁਸ਼ੀ ਹੁੰਦੀ, ਬਹੁਤ ਜ਼ਿਆਦਾ ਮੈਨੂੰ ਚੰਗਾ ਲੱਗਣਾ ਸੀ, ਬੇਹੱਦ ਖੁਸ਼ੀ ਹੁੰਦੀ ਜੇ ਪਿਤਾ ਜੀ ਹੁੰਦੇ ਉਹਨਾਂ ਦੇ ਨਾਲ ਮੈਂ ਆਉਂਦੀ ਨਾ, ਤੇ ਮੈਂ ਬੜਾ ਕਹਿ ਲਓ ਕਿ ਸਿਰ ਉੱਚਾ ਕਰਕੇ ਖੁਸ਼ ਆਉਂਦੀ ਵੀ ਅੱਜ ਅਸੀਂ ਇਕੱਠੇ ਚੱਲੇ ਹਾਂ। ਇਸ ਚੀਜ਼ ਦੀ ਮੈਨੂੰ ਘਾਟ ਮਹਿਸੂਸ ਹੋਈ ਆ, ਰੱਬ ਮਿਹਰ ਕਰੇ। ਮੈਂ ਕਹਿੰਦੀ ਮੇਰੇ ਪਰਿਵਾਰ ਨੂੰ, ਜਿਹੜਾ ਮੇਰਾ ਪੇਕਾ ਪਰਿਵਾਰ ਆ, ਮੇਰੇ ਭਰਾ ਨੇ ਸਾਰੇ, ਮੈਂ ਕਹਿੰਦੀ ਦੁਬਾਰਾ ਉਹਨਾਂ ਨੂੰ ਕਿਤੇ ਸਮਾਂ ਮਿਲੇ ਤਾਂ ਉਹ ਆ ਕੇ ਇੱਕ ਵਾਰੀ ਇਕੱਠੇ ਦਰਸ਼ਨ ਕਰਨ, ਦੇਖਣ ਆਪਣੇ ਯਾਦਾਂ ਘਰ ਦੀਆਂ ਕਿ ਸਾਡੇ ਪਿਤਾ ਜੀ, ਸਾਡੇ ਦਾਦਾ ਦਾਦੀ ਜੀ ਇਸ ਘਰ ਵਿੱਚ ਰਹੇ ਨੇ, ਕਿੰਨਾ ਸੁੱਖ ਮਾਣਿਆ ਹੋਊਗਾ। ਹਾਂਜੀ, ਉਸ ਵੇਲੇ ਕਿੰਨੀਆਂ ਕਹਿੰਦੇ ਹੁੰਦੇ ਸੀ ਲਵੇਰਾ ਘਰ 'ਚ ਬਹੁਤ ਸੀ, ਅੱਧੇ ਘਰ ਵਿੱਚ ਜਿੱਦਾਂ ਹਵੇਲੀ ਸੀ ਉਹਦੇ ਘਰ 'ਚ ਰਹਿੰਦੇ ਸੀਗੇ ਮੇਰੇ ਦਾਦੀ ਜੀ ਵੀ। ਮੈਨੂੰ ਇੱਦਾਂ ਯਾਦ ਹੁੰਦਾ ਇੱਥੇ ਕਿਤੇ ਬੈਠੇ ਹੋਣਗੇ, ਕਿਤੇ ਦੁੱਧ ਰਿੜਕਦੇ ਹੋਣਗੇ, ਕਿਤੇ ਗੱਲਾਂ ਕਰਦੇ ਹੋਣਗੇ, ਕਿਤੇ ਰੋਟੀ ਬਣਾਉਂਦੇ ਹੋਣਗੇ, ਸਾਰੀ ਕਿਤੇ ਖੁੱਲ੍ਹਾ ਚੌਂਕਾ ਹੋਊਗਾ, ਕਿਤੇ ਨਲਕਾ ਲੱਗਿਆ ਹੋਏਗਾ। ਆਹ ਦਰਖਤ ਦੇਖਦੀ ਪਈ ਹਾਂ, ਹੋ ਸਕਦਾ ਦਰਖਤ ਪੁਰਾਣਾ ਹੋਵੇ, ਹੋ ਸਕਦਾ ਨਵਾਂ ਵੀ ਹੋਵੇ। ਜੀ ਜੀ, ਤੇ ਇੱਦਾਂ ਹੁਣ ਮੇਰੇ ਮਨ 'ਚ ਇਹ ਖਿਆਲ ਆਉਂਦੇ ਨੇ ਵੀ ਬਿਲਕੁਲ ਕਿੰਨਾ, ਜੇ ਅਸੀਂ ਨਵਾਂ ਲੱਗ ਗਿਆ ਹੋਊਗਾ, ਅਤੇ ਕਿਤੇ ਮੈਨੂੰ ਇੱਦਾਂ ਮਨ 'ਚ ਆਉਂਦਾ ਵੀ ਜੇ ਕਿਤੇ ਉਹੀ ਦਰਖਤ ਹੋਊਗਾ ਸ਼ਾਇਦ, ਕਿਤੇ ਇਸ ਦਰਖਤ ਦੀ ਛਾਵੇਂ ਬੈਠ ਕੇ ਮੇਰੇ ਦਾਦੀ ਜੀ ਕਿਤੇ ਘਰ ਦਾ ਕੰਮ ਕਰਦੇ ਹੋਣਗੇ, ਮੇਰੇ ਪਿਤਾ ਜੀ ਕਿਤੇ ਦਰਖਤ 'ਤੇ ਬੈਠ ਕੇ ਥੱਲੇ ਖਾਣਾ ਖਾਂਦੇ ਹੋਣਗੇ, ਪ੍ਰਸ਼ਾਦਾ ਛੱਡਦੇ ਹੋਣਗੇ, ਤਾਇਆ ਜੀ ਚਾਚਾ ਜੀ ਖੇਡੇ ਮੱਲੇ ਨੇ, ਭੂਆ ਜੀ ਹੋਣੀ ਕਿਤੇ ਇੱਥੇ ਪੰਜੇ 'ਤੇ ਬੈਠ ਕੇ, ਕਿਤੇ ਮੇਰੇ ਦਾਦੀ ਨੇ ਆਪਣੇ ਬੱਚਿਆਂ ਦੇ ਸਿਰ ਵਾਹੇ ਹੋਣਗੇ ਖਾਣਾ। ਉਹ ਜਿਹੜੀਆਂ ਪੁਰਾਣੀਆਂ ਜਿੱਦਾਂ ਯਾਦਾਂ ਹੁੰਦੀਆਂ ਘਰ ਦੇ ਵਿੱਚ ਬੱਚੇ ਪਲਦੇ ਮਾਂ ਦੀ ਗੋਦੀ 'ਚ ਬਹਿ ਕੇ, ਉਹ ਗੱਲ ਵੱਖਰੀ ਜਿਹੀ ਹੁੰਦੀ ਹੈ ਨਜ਼ਰ ਤਾਂ ਮੈਨੂੰ, ਮਤਲਬ ਖਿਆਲ ਜਿਹੇ ਤਾਂ ਆਉਂਦੇ ਨੇ ਆਪਣੇ ਮਨ 'ਚ, ਪਰ ਠੀਕ ਹੈ ਉਹ ਕਹਿ ਲਓ ਕਿ ਉਹਦਾ ਸ਼ੁਕਰੀਆ ਜਿਵੇਂ ਜੀ ਉਹਦੇ ਭਾਵੇਂ ਜਦੋਂ ਪਾਣੀ ਵਿੱਚ ਰਹਿਣਾ ਚਾਹੀਦਾ, ਜਿਹੜਾ ਆਇਆ ਉਹਨੇ ਜਾਣਾ, ਦੁਨੀਆ ਤੋਂ ਸਦਾ ਰਹਿਣਾ ਨਹੀਂ ਗਾ, ਕੋਈ ਵੀ ਚੀਜ਼ ਜਿਹੜੀ ਸਥਿਰ ਨਹੀਂ ਰਹਿੰਦੀ, ਅਤੇ ਚਲੋ ਚਲੇ ਗਏ ਨੇ ਉਹਦੇ ਹੁਕਮ 'ਚ ਹੀ ਆਏ ਹਾਂ, ਉਹਦੇ ਹੁਕਮ 'ਚ ਜਾਣਾ ਵੀ ਹੈ। ਵਿਛੋੜੇ ਦਾ ਦੁੱਖ ਮੈਨੂੰ ਹੈਗਾ ਜੀ, ਹਾਂਜੀ ਉਹ ਮੈਨੂੰ ਰਹੇਗਾ ਜਾਂ ਜਿੰਨੀ ਦੇਰ ਮੈਂ ਜੀਵਾਂਗੀ ਮੈਨੂੰ ਰਹੇਗਾ। ਅਤੇ ਦੂਸਰੀ ਵੱਡੀ ਗੱਲ ਇਹ ਹੈ ਕਿ ਮੈਂ ਇਕੱਲੀ ਨਹੀਂ ਆਈ, ਮੇਰੇ ਨਾਲ ਮੇਰੇ ਹਸਬੈਂਡ ਆਏ ਨੇ, ਮੇਰੇ ਸਰਦਾਰ ਜੀ ਆਏ ਨੇ, ਅਤੇ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੈ, ਅਤੇ ਥੋੜ੍ਹਾ ਜਿਹੀ ਫੀਲਿੰਗ ਵੀ ਭਾਵਕ ਵੀ ਮੈਂ ਹੁਣ ਨਹੀਂ ਵਿੱਚੋਂ ਵਿੱਚ ਅੱਜ ਨਹੀਂ ਹੈਗੇ ਪਿਤਾ ਜੀ। ਪਿਤਾ ਜੀ ਹੁੰਦੇ ਤਾਂ ਵੱਖਰੀ, ਤਾਇਆ ਜੀ ਹੁੰਦੇ ਨਾ, ਜਿੰਨਾ ਤਾਇਆ ਜੀ ਨੂੰ ਤਾਂ ਪਿਤਾ ਜੀ ਨੂੰ ਪਤਾ ਸੀ, ਬਾਕੀਆਂ ਨੂੰ ਨਹੀਂ ਸੀ ਇੰਨਾ ਪਤਾ, ਇਹ ਵੱਡੇ ਸਨ। ਗੱਲਾਂ ਕਰਦੇ ਸਨ ਤੁਸੀਂ ਸੁਣੀਆਂ? ਹਾਂਜੀ ਇੰਨੀ ਗੱਲਾਂ ਤਾਂ ਸੁਣੀਆਂ, ਇੰਨਾ ਮੈਨੂੰ ਪਤਾ ਸੀ ਵੀ ਇੱਦਾਂ ਜ਼ਮੀਨ ਸੀਗੀ ਸਾਡੀ, ਮਤਲਬ ਕਿ 17-18 ਕਿੱਲੇ ਇੱਥੇ, ਆ ਜਿਹੜਾ ਜਿੱਥੇ ਤੁਸੀਂ ਅਸੀਂ ਲੰਘ ਕੇ ਆਏ ਹਾਂ, ਜਿਹੜੀ ਖੱਬਿਆ ਸੱਜਾ ਜ਼ਮੀਨ ਜਦ ਜਾਂਦਿਆਂ ਨੂੰ, ਉਹ 18 ਕਿੱਲੇ ਜ਼ਮੀਨ ਸੀ, 32 ਕਿੱਲੇ ਆਪਣੀ ਮੈਰੇ ਵਿੱਚ ਸੀਗੀ, 50 ਕਿੱਲੇ ਸੀਗੀ ਆਪਣੀ ਜ਼ਮੀਨ। ਹਾਂਜੀ 2 ਰੁਪਏ ਜ਼ਮੀਨ ਸੀਗੀ ਮੇਰੇ ਨਾਲ, ਅਤੇ 32 ਕਿੱਲੇ ਜਿਹੜੀ ਸੀ ਉਹਦਾ ਕਹਿੰਦੇ ਹੁੰਦੇ ਮਾਮਲਾ ਨਹੀਂ ਤਾਰਦੇ, ਉਹ ਤਾਂ ਮਿਲਣੀ ਨਹੀਂ ਸੀ, ਫਿਰ ਸਾਨੂੰ ਜ਼ਮੀਨ ਪਈ ਤਾਂ ਹੈਗੀ, ਗੜ ਸ਼ੰਕਰ ਬੋਲਦੀ ਰਹੀ, ਪਰ ਕਿਸੇ ਨੇ ਪੈਰਵਾਈ ਨਹੀਂ ਕੀਤੀ ਕਰਕੇ ਮੈਂ ਜ਼ਮੀਨ ਲਈ ਨਹੀਂ। ਅੱਛਾ, ਹੁਣ ਇਹ ਨਹੀਂ ਪਤਾ ਜ਼ਮੀਨ ਇੱਥੇ ਦੀ ਇੱਥੇ ਰਹਿ ਗਈ ਕਿ ਜਾਂ ਉੱਧਰ ਚਲ ਗਈ ਹੈ। ਜੀ ਸਹੀ ਸਹੀ, ਚਲੋ ਅਜੇ ਬਾਰਿਸ਼ ਤੇਜ਼ ਹੋ ਗਈ ਹੈ, ਬਾਰਿਸ਼ ਵੀ ਹੋ ਰਹੀ, ਔਰ ਮੈਂ ਸਮਝਣਾ ਵਾਂ ਤੁਸੀਂ ਵੀ ਸਮਝ ਲਓਗੇ, ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਤੁਹਾਡੇ ਨਾਲ ਨਾਲ ਕਿਤੇ ਨਾ ਕਿਤੇ ਬਜ਼ੁਰਗਾਂ ਦੀ ਰੂਹ ਵੀ ਨਾਲ ਹੀ ਤੁਹਾਡੇ ਤੁਰੀ ਫਿਰਦੀ ਹੈ ਨਾ, ਮਤਲਬ ਕਿਤੇ ਨਾ ਖੁਸ਼ ਹੋ ਰਹੇ ਹੋਣਗੇ। ਪੱਕੀ ਗੱਲ ਹੈ ਜਦੋਂ ਮੈਂ ਪਿਛਲੀ ਵਾਰ ਆਈ ਸੀ ਨਾ, ਅਤੇ ਉਸ ਵੇਲੇ ਵੀ ਮੇਰੇ ਪਿਤਾ ਜੀ ਨੂੰ ਵੈਸੇ ਪਤਾ ਲੱਗ ਗਿਆ ਸੀ ਜਿੱਦਾਂ ਮੈਂ ਗਈ ਹਾਂ, ਅਤੇ ਮੇਰੇ ਪਿਤਾ ਜੀ ਨੇ ਮੈਨੂੰ ਸੁਪਨੇ 'ਚ ਕਿਹਾ ਵੀ ਤੂੰ ਜਾ ਕੇ ਆਈ ਹਾਂ, ਮੈਂ ਕਿਹਾ ਹਾਂਜੀ, ਅਤੇ ਮੈਨੂੰ ਕਹਿੰਦੇ ਤੈਨੂੰ ਮਾਨਾ ਮਿਲਿਆ ਸੀਗਾ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ, ਮੈਂ ਕਿਹਾ ਹਾਂਜੀ ਮਿਲੇ ਸੀ, ਕਹਿੰਦੇ ਮੈਂ ਵੀ ਜਾਣਾ ਸੀ, ਮੈਂ ਜਾ ਨਹੀਂ ਸਕਿਆ, ਅਤੇ ਸੁਪਨੇ ਵਿੱਚ ਮੈਂ ਕਿਹਾ ਚਲੋ ਤੁਸੀਂ ਮਿਲਣਾ ਚਾਹੁੰਦੇ ਤੁਹਾਡੀ ਮੈਂ ਗੱਲ ਕਰਾ ਦਿੰਦੀ ਹਾਂ, ਜਿਹੜਾ ਭਾਬੀ ਜੀ ਕੋਲ ਬੈਠੇ ਸੁਪਨੇ ਦੀ ਗੱਲ ਆ, ਮੈਂ ਕਿਹਾ ਚਲੋ ਆ ਮੈਂ ਤੁਹਾਡੇ ਨਾਲ ਗੱਲ ਕਰਾਉਂਦੀ, ਇਹ ਵੀਡੀਓ ਕਾਲ ਲੈ ਕੇ ਇੱਦਾਂ ਆਉਂਦੀ ਹੈ ਜਿਹਨਾਂ ਦੇ ਘਰ, ਕਹਿੰਦੇ ਬਾਜੀ ਅਸੀਂ ਆਏ ਹਾਂ ਤੁਹਾਡੇ ਘਰ, ਉਹ ਕਹਿੰਦੇ ਆ ਜਾਓ, ਉਹ ਬੀਬੀ ਕੋਈ ਹੋ ਰਿਹਾ, ਉਹ ਪੌੜੀਆਂ ਚੜ੍ਹ ਕੇ ਉੱਪਰ ਜਿੱਦਾਂ ਜਬਾਰੇ ਤੋਂ ਤੇਲ ਸਬਜ਼ੀ ਬਣਾਉਂਦੀ ਹੈ, ਅਤੇ ਜਿੱਦਾਂ ਮਤਲਬ ਪਿਤਾ ਜੀ ਨੂੰ ਫਟ ਦਾ ਪਤਾ ਲੱਗ ਜਾਂਦਾ ਕਿ ਰੂਹ ਜਿਹੜੀ ਬੰਦਾ ਚਲੋ ਦੁਨੀਆਂ 'ਤੇ ਚਲੇ ਜਾਂਦਾ, ਪਰ ਜਿਹੜੀ ਰੂਹ ਹੁੰਦੀ ਨਾ ਰੂਹ ਨਹੀਂ ਮਰਦੀ, ਆਤਮਾ 'ਚ ਜਿੰਦੀ ਰਹਿੰਦੀ। ਅਤੇ ਮੈਨੂੰ ਹੁਣ ਲੱਗਦਾ ਹੋਇਆ ਮਹਿਸੂਸ ਹੁੰਦਾ ਵੀ ਜਿੱਦਾਂ ਮੈਂ ਹੁਣ ਅੱਜ ਆਈ ਹਾਂ, ਸ਼ਾਇਦ ਹੁਣ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਹੋਗਾ ਮੇਰੀ ਧੀ ਗਈ, ਤੁਹਾਡੇ ਸੱਜੇ ਖੱਬੇ ਨੂੰ ਤੁਹਾਡੇ ਨਾਲ ਮੇਰੇ ਨਾਲ ਹੁੰਦੀ, ਤਾਂ ਮਾਂ ਮੇਰਾ ਸਾਇਆ ਕਿਤੇ ਜਾਂਦਾ।
ਬਿਲਕੁਲ 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 ਅਸੀਂ ਸਾਡੇ ਨਾਲ ਸਰਦਾਰ ਸਾਹਿਬ ਵੀ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੈਲਕਮ ਜੀ ਆਇਆਂ ਨੂੰ ਧੰਨਵਾਦ ਜੀ ਧੰਨਵਾਦ ਹਾਂ ਅੱਗੇ ਦੂਸਰੇ ਲਫ਼ਜ਼ਾਂ ਵਿੱਚ ਕਹਾਂਗਾ ਅੱਜ ਤੁਸੀਂ ਆਪਣੇ ਸਹੁਰਾ ਪਿੰਡ ਆਏ ਹਾਂ ਜੀ ਇਸ ਟਾਈਮ 'ਤੇ ਕਿੱਦਾਂ ਲੱਗਾ ਜੀ ਫਸਟ ਟਾਈਮ ਤੁਹਾਡਾ ਪਾਕਿਸਤਾਨ ਵਿਜ਼ਿਟ ਬਹੁਤ ਹੀ ਵਧੀਆ ਬਹੁਤ ਸਾਰਾ ਪਿਆਰ ਮਿਲਿਆ ਹਰੇਕ ਪਾਸਿਓਂ ਠੀਕ ਅਤੇ ਕੋਈ ਇੱਦਾਂ ਬੇਗਾਨੇ ਵਾਲੀ ਕੋਈ ਗੱਲ ਨਹੀਂ ਆਪਣਾਪਣ ਸਾਰੇ ਪਾਸੇ ਬੜਾ ਚਾਅ ਕਰਦੇ ਆ ਸਾਰੇ ਅਤੇ ਚਲੋ ਮੇਰੀ ਵਾਈਫ ਸੀ ਇਹਨਾਂ ਨੂੰ ਬਹੁਤ ਖਿੱਚ ਸੀਗੀ ਵੀ ਮੈਂ ਆਪਣੇ ਜੱਦੀ ਪਿੰਡ ਕਲਜੀ ਘਰ ਦੇਖਣਾ ਅਤੇ ਉਹ ਅੱਜ ਅਸੀਂ ਆਏ ਹਾਂ ਇੱਥੇ ਬਹੁਤ ਵਧੀਆ ਫੀਲ ਹੋ ਰਿਹਾ ਜਿਸ ਤਰ੍ਹਾਂ ਅਚੋਤ ਸਾਹਿਬ ਦੇ ਡੇਰੇ ਤੁਸੀਂ ਬੈਠੇ ਸਾਂ ਹਰ ਬੰਦਾ ਆਉਣ ਵਾਲਾ ਤੁਹਾਨੂੰ ਇਸ ਤਰ੍ਹਾਂ ਦਾ ਲੱਗਾ ਜੀ ਤੁਹਾਨੂੰ ਕੀ ਤੁਸੀਂ ਸਮਝਦੇ ਹੋ ਕਲਚਰ ਸੇਮ ਹੀ ਅਤੇ ਤੁਸੀਂ ਕਹਿ ਰਹੇ ਸੀ ਕਿ ਬਸ ਸੇਮ ਹੀ ਕੋਈ ਇੱਦਾਂ ਤੁਹਾਨੂੰ ਕੋਈ ਨਵੇਕਲਾਪਨ ਤਾਂ ਲੱਗਾ ਹੀ ਇੱਦਾਂ ਹੀ ਪੰਜਾਬ ਬੋਲ ਤਾਂ ਇੱਦਾਂ ਹੀ ਹੈ ਸਹੀ ਸਹੀ ਹਾਂਜੀ ਜੀ ਬਾਕੀ ਤੁਸੀਂ ਵੀ ਇੱਥੇ ਗੱਲਬਾਤ ਕੀਤੀ ਜੋ ਇਸ ਘਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਤੋਂ ਪੁੱਛਿਆ ਪੁੱਛ ਪ੍ਰਤੀਤ ਕੀਤੀ ਅਸਾਂ ਤੇ ਪੁਰਾਣੀ ਨਿਸ਼ਾਨੀ ਵਿੱਚੋਂ ਇਸ ਵੇਲੇ ਕੋਈ ਨਿਸ਼ਾਨੀ ਨਹੀਂ ਹੈ ਨਾ ਕਹਿੰਦੇ ਕੋਈ ਨਹੀਂ ਹੈ ਪਰ ਮੈਨੂੰ ਜਿਹੜਾ ਲੱਗ ਰਿਹਾ ਜਿਹੜਾ ਉੱਪਰ ਹੈ ਉਹ ਪੁਰਾਣੀ ਨਿਸ਼ਾਨੀ ਇੱਕ ਨਜ਼ਰ ਆਉਂਦੀ ਹੈ ਅੱਛਾ ਨਹੀਂ ਨਾਲੇ ਰਹਿੰਦੇ ਵੀ ਕਾਫੀ ਸਮਾਂ ਹੋ ਗਿਆ ਜਿੱਦਾਂ 75-76 ਸਾਲ ਹੋ ਗਏ ਇਸ ਗੱਲ ਤੇ ਨਹੀਂ ਵੀ ਹੋਏਗੀ ਪਰ ਇਹਨਾਂ ਵੀ ਜਗ੍ਹਾ ਤੋਂ ਧਰਤੀ ਹੋਈ ਹੈ ਧਰਤੀ ਹੋਈ ਇੱਟਾਂ ਭਾਵੇਂ ਹੋ ਸਕਦੀਆਂ ਵੀ ਇੱਟਾਂ ਇਹਨਾਂ ਦੇ ਵਿੱਚ ਵਰਤੀਆਂ ਹੋਣ ਨਿਸ਼ਾਨੀ ਕੋਲ ਉਹਦਾ ਕੋਈ ਚੀਜ਼ ਨਹੀਂ ਲੱਭੀ ਮੈਨੂੰ ਨਾ ਕੋਈ ਦਰਵਾਜ਼ਾ ਲੱਭਿਆ ਜੇ ਉਸ ਟਾਈਮ ਦੀ ਕੋਈ ਚੀਜ਼ ਹੁੰਦੀ ਤਾਂ ਮੈਂ ਜ਼ਰੂਰ ਉਹਨੂੰ ਲੈ ਕੇ ਜਾਂਦੀ ਆਪਣੇ ਘਰ ਅਤੇ ਜ਼ਰੂਰ ਆਪਣੇ ਮੈਂ ਮਾਤਾ ਜੀ ਤੱਕ ਆਪਣੇ ਪਹੁੰਚਾਉਂਦੀ ਨਿਸ਼ਾਨੀ ਸੀਗੀ ਮਾਲਕ ਤਾਂ ਉਹੀ ਰਹਿੰਦੇ ਹੁਣ ਧੀਆਂ ਤਾਂ ਫਿਰ ਆਪਣੇ ਘਰ ਚਲੇ ਜਾਂਦੀ ਮੈਂ ਜ਼ਰੂਰ ਆਪਣੇ ਪੇਕੇ ਪਰਿਵਾਰ ਤੱਕ ਨਿਸ਼ਾਨੀ ਪਹੁੰਚਾਉਂਦੀ ਪਰ ਇੱਥੇ ਮੈਨੂੰ ਮਿਲੀ ਨਹੀਂ ਕੋਈ ਨਿਸ਼ਾਨੀ ਕਿਉਂ ਯਾਦਗਿਰੀ ਦੇ ਤੌਰ 'ਤੇ ਚਲੋ ਰੱਖ ਲੈਂਦੇ ਅਤੇ ਬਜ਼ੁਰਗਾਂ ਦੀ ਕੋਈ ਨਿਸ਼ਾਨੀ ਨਹੀਂ ਕੋਈ ਮੈਨੂੰ ਇੱਦਾਂ ਭਾਂਡਾ ਵੀ ਕਹਿੰਦੇ ਕੋਈ ਚੀਜ਼ ਨਹੀਂ ਅਸੀਂ ਪੁਰਾਣੀ ਨਹੀਂ ਹੈਗੀ ਬਾਕੀ ਮੈਂ ਦਿਲ ਦੀ ਗੱਲ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਬਹੁਤ ਮਿਹਨਤ ਕੀਤੀ ਅਤੇ ਸਾਨੂੰ ਅੱਧੇ ਵੀ ਲੋਚ ਕਹਿਣ ਨਾਲ ਹੀ ਤੁਸੀਂ ਸਾਡੇ ਤੱਕ ਪਹੁੰਚੇ ਹੋ ਸਾਡੇ ਇੰਟਰਵਿਊ ਕੀਤੀ ਆ ਬਹੁਤ ਚੰਗਾ ਲੱਗਾ ਦਿਲ ਦੀ ਗਰਾਈ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਜੀ ਵੈਲਕਮ ਬਹੁਤ ਸ਼ੁਕਰੀਆ ਆ ਸਾਡਾ ਪਰਿਵਾਰ ਆ ਜਿਹੜੇ ਸਾਡੇ ਦਾਦਾ ਜੀ ਦੇ ਖਾਸ ਨਾਲ ਮਿੱਤਰ ਸਨ ਇਹ ਉਹਨਾਂ ਦੇ ਗਾਂ ਪਰਿਵਾਰ ਨੇ ਉਹਨਾਂ ਦੇ ਪੋਤਰੇ ਨੇ ਅਤੇ ਪੋਤਰਵਾਂ ਨੇ ਉਹਨਾਂ ਦੀ ਪੋਤਰੀ ਇਹ ਸਾਰੇ ਇਹ ਖਾਸ ਮਿੱਤਰ ਸੀਗੇ ਚੌਧਰੀ ਸਾਡੇ ਵੀ ਦੇਵੇ ਚੌਧਰੀ ਸਨ ਚੌਧਰੀ ਕੇਸਰ ਸਿੰਘ ਅਤੇ ਚੌਧਰੀ ਲਾਭ ਸਿੰਘ ਇਹਨਾਂ ਦੀ ਮਿੱਤਰਤਾ ਸੀ ਆਪਸ ਵਿੱਚ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਹਾਂਜੀ ਠੀਕ ਅੱਛਾ ਅੱਜ ਫਿਰ ਤੁਸੀਂ ਆਪਣੇ ਨਾਨਕੇ ਆਏ ਹਾਂਜੀ ਹਾਂਜੀ ਕੱਲ ਤੁਸੀਂ ਵੇਖਿਆ ਆਪਣਾ ਸੋਹਰਾ ਪਿੰਡ ਹਾਂਜੀ ਹੈ ਨਾ ਮਤਲਬ ਜਿੱਥੇ ਸਸੁਰਾਲ ਉੱਠ ਕੇ ਗਏ ਪਿੰਡ ਭੁੱਲਰ ਬੂਟੇ ਸਿੰਘ ਵਾਲਾ ਹਾਂਜੀ ਤਾਂ ਉਹ ਸੀ ਤਹਿਸੀਲ ਡਸਕਾ ਤਾਂ ਜ਼ਿਲ੍ਹਾ ਸਿਆਲਕੋਟ ਤਾਂ ਹੈ ਇਹ ਵੀ ਤਹਿਸੀਲ ਡਸਕੇ ਦਾ ਸੀ ਪਿੰਡ ਜਦ ਫਿਰ ਬਾਅਦ ਵਿੱਚ ਇਹਨੂੰ ਨਾ ਤਕਰੀਬਨ 92-92 ਦੇ ਵਿੱਚ ਨਾ ਤਹਿਸੀਲ ਸੰਭੜਿਆ ਬਣਾ ਤਾ ਤਾਂ ਤਹਿਸੀਲ ਸੰਭੜਿਆ ਚ ਆ ਗਿਆ ਤੇ ਕਿੱਦਾਂ ਲੱਗਾ ਨਾਨਕੇ ਤੁਸੀਂ ਪਹਿਲੀ ਦਫ਼ਾ ਆਏ ਬਹੁਤ ਵਧੀਆ ਲੱਗਿਆ ਹਾਂ 77 ਸਾਲ ਇੰਤਜ਼ਾਰ ਕਰਨਾ ਪਿਆ ਕੱਲ੍ਹ ਦੀ ਗੱਲ ਤਾਂ ਹੈ ਕੋਈ ਨਹੀਂ ਅੱਛਾ ਵਧੀਆ ਲੱਗਾ ਬਹੁਤ ਵਧੀਆ ਅੱਛਾ ਕੌਣ ਕੌਣ ਮਿਲਿਆ ਫਿਰ ਨਾਨਕਿਆਂ ਵੱਲੋਂ ਸਭ ਤੋਂ ਪਹਿਲਾਂ ਨਾਨਾ ਮਾਮਾ ਜੀ ਅੱਛਾ ਫਿਰ ਸਾਰੇ ਉਹਨਾਂ ਦੇ ਬੱਚੇ ਠੀਕ ਹੈ ਹਾਂਜੀ ਕਜ਼ਨ ਇਹਨਾਂ ਦੇ ਮੇਰੇ ਹਸਬੈਂਡ ਦੇ ਹਾਂ ਹਾਂ ਮਾਮੇ ਦੇ ਮਾਸੀਆਂ ਦੇ ਸਾਰੇ ਹਾਂਜੀ ਠੀਕ ਹੈ ਵੇਖਿਆ ਤੁਸੀਂ ਮਾਸ਼ਾਅੱਲਾ ਬਹੁਤ ਵੱਡਾ ਪਰਿਵਾਰ ਇੱਥੇ ਵੀ ਤੁਹਾਡਾ ਹੈ ਨਾ ਹਾਂਜੀ ਹਾਂਜੀ ਬਹੁਤ ਠੀਕ ਹੈ ਠੀਕ ਹੈ ਅਤੇ ਕੀ ਨਾਂ ਸੀ ਭਲਾ ਨਾਨਾ ਜੀ ਦਾ ਕੇਸਰ ਚੌਧਰੀ ਅੱਛਾ ਚੌਧਰੀ ਕੇਸਰ ਸਿੰਘ ਹਾਂ ਚੌਧਰੀ ਕੇਸਰ ਸਿੰਘ ਸੀ ਹਾਂਜੀ ਠੀਕ ਹੈ ਠੀਕ ਹੋਰ ਕੋਈ ਗੱਲਬਾਤ ਦੱਸੋ ਕੀ ਬਜ਼ੁਰਗ ਗੱਲਾਂ ਕਰਦੇ ਸਨ ਆਪਣਾ ਪਿੰਡ ਕੁੱਲੋਵਾਲ ਨੂੰ ਲੈ ਕੇ ਜਾਂ ਕੀ ਗੱਲਾਂ ਤੁਸੀਂ ਸੁਣੀਆਂ
ਸਾਰਾ ਵਧੀਆ ਲੱਗਿਆ, ਸਾਰੀ ਫੈਮਿਲੀਆਂ ਬਾਰੇ ਬਸ ਮਿਲੇ ਜੁਲੇ ਹੀ ਆ ਨਾ, ਕੋਈ ਖਾਸ ਗੱਲ। ਪਹਿਲੀ ਮੁਲਾਕਾਤ ਸੀ ਨਾ ਹਲੇ ਆਪਣਾ ਇੰਨੇ ਚਿਰ ਬਾਅਦ, ਕਿਉਂਕਿ ਅਜੇ ਪੂਰੀ ਪਛਾਣ ਵੀ ਨਹੀਂ ਹੋਈ, ਕੋਸ਼ਿਸ਼ ਕਰਦੀ ਦਿਮਾਗ ਚ ਬਿਠਾਉਣ ਦੀ ਕੌਣ ਕੌਣ ਆ, ਕੁਛ ਪਤਾ ਲੱਗ ਗਿਆ ਕੁਛ ਨਹੀਂ। ਹਾਂਜੀ, ਬਾਕੀ ਬੀਬੀ ਜੀ ਤੁਸੀਂ ਬੜੀ ਕੋਸ਼ਿਸ਼ ਕੀਤੀ ਕਿ ਇੱਕ ਸਰਪ੍ਰਾਈਜ਼ ਰੱਖਿਆ ਜਾਏ ਜੋ ਸਭ ਤੱਕ ਮਤਲਬ ਨਾ ਥੋੜਾ ਨਾ ਪਤਾ ਨਾ ਲੱਗੇ, ਲੇਕਿਨ ਆਖਿਰਕਾਰ ਚੀਜ਼ ਮਤਲਬ ਸ਼ੋਅ ਹੋ ਗਈ। ਹਾਂਜੀ, ਇਹ ਕਿਸ ਤਰ੍ਹਾਂ ਸ਼ੋਅ ਹੋ ਗਿਆ ਦੱਸਿਓ ਜਰਾ। ਸ਼ੋਅ ਜੀ ਉਹ ਘਰ ਵਿੱਚੋਂ ਹੀ ਗੱਲ ਲੀਕ ਹੋ ਗਈ। ਅੱਛਾ, ਦੱਸਿਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਨਹੀਂ ਦੱਸਣਾ, ਤੇ ਦੱਸਿਆ ਗਿਆ ਫਿਰ ਪਤਾ ਲੱਗ ਗਿਆ ਸਾਰਿਆਂ ਨੂੰ। ਠੀਕ ਹੈ। ਹਾਂਜੀ, ਪਹਿਲਾਂ ਮੈਂ ਤਾਂ ਕੋਸ਼ਿਸ਼ ਕੀਤੀ ਸੀ, ਮੈਂ ਕਿਹਾ ਚਲੋ ਫਸਟ ਟਾਈਮ ਜਾ ਰਹੇ ਨੇ, ਚਲੋ ਦੱਸੀਏ ਨਾ ਕਿਸੇ ਨੂੰ। ਜਦੋਂ ਫਿਰ ਮੇਰੇ ਅੱਜ ਦਾ ਭਰਾ ਨੇ ਭਰਜਾਈਆਂ ਨੇ ਦੇਖਣਗੇ ਹੈਰਾਨ ਹੋ ਜਾਣਗੇ ਵੀ ਕੌਣ ਆਇਆ, ਪਰ ਉਹ ਸਰਪ੍ਰਾਈਜ਼ ਲੀਕ ਹੋ ਗਿਆ ਸਾਡਾ। ਹਾਂਜੀ, ਬਾਕੀ ਅਸਲ ਮੈਂ ਕ੍ਰੈਡਿਟ ਅਸਲ ਐਫਰਟਸ ਤੁਹਾਡੀ ਇਹਦੇ ਵਿੱਚ ਨਾ, ਤੁਸੀਂ ਪਹਿਲੇ ਦਫਾ ਆਏ ਫੁੱਲਵਾਲ ਦੇਖ ਸੁਣ ਕੇ ਗਏ ਤਾਂ ਬਾਕੀ ਜੀਆਂ ਦਾ ਵੀ ਝਾਕਾ ਖੁੱਲ ਗਿਆ ਹੈ ਨਾ, ਤੇ ਬਾਕੀ ਬਾਕੀ ਦਾ ਜੋ ਤੁਹਾਡਾ ਪਰਿਵਾਰ ਹੈ, ਤੁਹਾਡੇ ਪੁੱਤ ਧੀਆਂ, ਉਹ ਵੀ ਆਉਣਗੇ ਅੱਗੋਂ ਨੈਕਸਟ ਟਾਈਮ, ਮਤਲਬ ਇੱਥੇ ਲੋਕਾਂ ਨਾਲ ਮਿਲ ਕੇ ਵਧੀਆ ਲੱਗਾ ਨਾ, ਬਹੁਤ ਵਧੀਆ ਲੱਗਿਆ। ਹਾਂ, ਲੋਕਾਂ ਦੇ ਜੋ ਪਾਕਿਸਤਾਨ ਇੱਦਾਂ ਹੁੰਦਾ, ਇਸ ਤਰ੍ਹਾਂ ਕਰਦੇ ਨੇ, ਕਿੰਨਾ ਲੋਕ ਪਿਆਰ ਕਰਦੇ ਨੇ। ਹਾਂਜੀ, ਵੱਡਾ ਜਿਹੜਾ ਮੇਰਾ ਵੱਡਾ ਬੇਟਾ ਨਾ, ਹਾਂਜੀ, ਉਹ ਆਪਣੇ ਦਾਦੀ ਦਾਦੇ ਨੂੰ ਬਹੁਤ ਪਿਆਰ ਕਰਦਾ, ਉਹ ਜ਼ਰੂਰ ਆਏਗਾ। ਅੱਛਾ ਜੀ ਜੀ, ਅਸਲਾਮ ਵਾਲੇਕੁਮ। ਸਲਾਮ, ਕੀ ਹਾਲ ਹੈ? ਹਜ਼ੂਰ ਠੀਕ ਹੋ? ਸ਼ੁਕਰ ਭਾਈ ਜਾਨ, ਠੀਕ ਤੁਸੀਂ ਸੁਣਾਓ? ਜੀ ਅਲਹਮਦੁਲਿਲਾ। ਸਭ ਤੋਂ ਪਹਿਲੇ ਆਪਣਾ ਨਾਂ ਦੱਸੋ ਜੀ। ਮੇਰਾ ਨਾਂ ਫਲਕ ਸ਼ੇਰ ਹੈ। ਫਲਕ ਸ਼ੇਰ, ਤਾਂ ਚੋਰੀ ਸਫਰਾ ਸਾਹਿਬ ਦੇ ਤੁਸੀਂ ਕੀ ਲੱਗਦੇ ਭਾਈ ਜੀ? ਛੋਟਾ, ਤੁਸੀਂ ਉਹਨਾਂ ਤੋਂ ਛੋਟੇ ਭਾਈ ਹੋ? ਹਾਂਜੀ। ਅੱਛਾ ਜੀ, ਠੀਕ ਹੈ। ਤੇ ਵਾਲਾ ਸਾਹਿਬ ਦਾ ਨਾਂ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼, ਅਤੇ ਦਾਦਾ ਜੀ ਦਾ ਨਾਂ? ਦਾਦਾ ਜੀ ਦਾ ਨਾਂ ਹੈ ਮੁਹੰਮਦ ਸਰਵਰ ਅਲ ਮਰੂਫ ਕੇਸਰ। ਮੁਹੰਮਦ ਸਰਵਰ, ਜਦਕਿ ਪੁਰਾਣਾ ਨਾਂ ਉਹਨਾਂ ਦਾ ਕੇਸਰ। ਠੀਕ ਹੈ। ਇੰਡੀਆ ਤੋਂ ਮਹਿਮਾਨ ਤੁਸੀਂ ਕਹਿ ਲਓ, ਬਾਹਰ ਕੰਟਰੀ ਤੋਂ ਆਏ, ਅਤੇ ਕਿੱਦਾਂ ਦਾ ਲੱਗਾ ਜਿੱਦਾਂ ਬੀਬੀ ਜੀ ਦੇ ਨਾਨਕੇ ਨੇ ਹੈ ਨਾ, ਮਾਮਾ ਜੀ ਲੱਗਦੇ ਸਾਨੂੰ? ਸਾਨੂੰ ਬਹੁਤ ਅੱਛਾ ਲੱਗਾ। ਅੱਛਾ, ਇਹ ਸਾਡੇ ਭਰਜਾਈ ਹੈ ਸਾਡੇ ਭਾਈ ਦੇ ਘਰੋਂ। ਠੀਕ ਹੈ, ਸਾਡੇ ਪੁੱਪੋ ਦੇ ਆਪਣਾ ਬਹੂ ਨੇ, ਨੂੰਹ ਨੇ। ਹਾਂਜੀ, ਉਹਨਾਂ ਦੇ। ਠੀਕ ਹੈ। ਅਤੇ ਇਹਦਾ ਕ੍ਰੈਡਿਟ ਸਾਰਾ ਤਾਂ ਸਾਡੀ ਭੈਣ ਨੂੰ ਜਾਂਦਾ, ਜਿਹਨੇ ਬੜੀ ਐਫਰਟ ਕੀਤੀ ਪਹਿਲਾਂ ਆ ਕੇ ਸਾਨੂੰ ਮਿਲੀ ਭੈਣ ਸਾਡੀ, ਅਤੇ ਅਸੀਂ ਤਾਂ ਇਹਦੇ ਸ਼ੁਕਰਗੁਜ਼ਾਰ ਹਾਂ ਬਹੁਤ ਜ਼ਿਆਦਾ। ਜੀ ਜੀ, ਸਾਰੀ ਗਰਾਊਂਡ ਬਣਾਈ। ਹਾਂਜੀ, ਔਰ ਬੜੀ ਐਫਰਟ ਕਰਕੇ ਪਹਿਲਾਂ ਇਹਨਾਂ ਨੂੰ ਪਤਾ ਕਿਸ ਤਰ੍ਹਾਂ, ਇਹਨਾਂ ਕੋਸ਼ਿਸ਼ ਕਰਕੇ ਫੋਨ ਨੰਬਰ ਲਿਆ, ਮੁਲਾਕਾਤ ਫੋਨ 'ਤੇ ਕਾਲ ਕਰਨੀ ਸ਼ੁਰੂ ਕੀਤੀ, ਫਿਰ ਆਏ, ਫਿਰ ਮਿਲੇ। ਸਹੀ। ਫਿਰ ਅੱਗੋਂ ਨਾਲ ਸਾਡੀ ਉਹ ਭਰਜਾਈ ਨੂੰ ਵੀ ਅੱਗੋਂ ਲੈ ਕੇ ਆਏ ਭੈਣ ਦੀ। ਸਹੀ। ਉਹ ਇਹ ਸਿਲਸਿਲਾ ਇਹ ਚੱਲ ਪਿਆ, ਉਹ ਇਨਸ਼ਾਅੱਲਾ ਅੱਗੋਂ ਉਮੀਦ ਹੈ ਹੋਰ ਵੀ ਜੀ ਆਉਣਗੇ, ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਰੱਤਰ ਛੱਤਰ ਜੋ ਨੇ ਤੁਹਾਡੇ ਕੀ ਲੱਗਦੇ ਨੇ, ਉਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਜੋ ਤੁਹਾਡੇ ਜੀ ਬੈਠੇ ਨੇ ਰੱਤਰ ਛੱਤਰ? ਪੁੱਪੋ ਹੀ ਨੇ ਉੱਥੇ? ਪੁੱਪੋ? ਹਾਂਜੀ, ਪੁੱਪੋ ਲੱਗਦੇ? ਪੁੱਪੋ ਜੀ ਨੇ। ਅੱਛਾ, ਲਾਸਟ ਟਾਈਮ ਤੁਸੀਂ ਕਰਤਾਰਪੁਰ ਸਾਹਿਬ ਵੀ ਗਏ? ਹਾਂਜੀ, ਵਾਹਵਾ ਪੂਰੀ ਫੈਮਿਲੀ ਤਕਰੀਬਨ ਮੈਂ ਸੁਣਨ ਡਿਆ ਸੀ ਤੁਹਾਡੀਆਂ। ਪੁੱਪੋ ਜੀਆਂ ਦੀ ਬੇਟੀ ਆਈ ਸੀ। ਅੱਛਾ, ਇਹਨਾਂ ਦੀ ਨੰਦ ਹੈ ਭਾਬੀ ਜੀਆਂ ਦੀ, ਉਹ ਤਕਰੀਬਨ ਸਾਡਾ 36 ਸਾਲ ਤੋਂ ਬਾਅਦ ਉਹਦੇ ਨਾਲ ਮੁਲਾਕਾਤ ਹੋਈ। ਅੱਛਾ ਅੱਛਾ, ਉਹ ਫਿਰ ਸਾਰੇ ਮਿਲਣ ਵਾਸਤੇ ਕਰਤਾਰਪੁਰ ਗਏ। ਠੀਕ ਹੈ, ਸਾਰੀ ਫੈਮਿਲੀ। 1947 ਤੋਂ ਬਾਅਦ ਮਤਲਬ ਆਵਾਜਾਵੀ ਹੈ ਸੀ, ਜਿਸ ਤਰ੍ਹਾਂ ਬਾਬਾ ਜੀ ਕੇਸਰ ਸਿੰਘ ਵੀ ਜਾਂਦੇ ਰਹੇ ਜਾਂ ਉਧਰੋਂ ਵੀ ਜੀ ਆਉਂਦੇ ਰਹੇ? ਉਧਰੋਂ ਸਾਡੇ ਆਉਂਦੇ ਰਹੇ ਨੇ। ਅੱਛਾ, ਠੀਕ ਹੈ। ਪੁਰਾਣਾ ਜੋ ਘਰ ਸੀ ਬਾਬਾ ਜੀ ਮੁਹੰਮਦ ਸਰਵਰ ਜਿਨ੍ਹਾਂ ਦਾ ਪੁਰਾਣਾ ਕੇਸਰ ਸਿੰਘ ਸੀ, ਉਹ ਘਰ ਕਿੱਥੇ ਹੈ? ਮੌਜੂਦ ਘਰ ਹੈ ਇਹ ਪਿੰਡ ਦੇ ਵਿੱਚ, ਅੱਧਾ ਕੋ ਸਾਗੋ ਨੂੰ ਕੋਈ ਕਰਕੇ ਉਹਨੂੰ ਢਾ ਕੇ ਸਿੱਧਾ ਪੱਧਰਾ ਕੀਤਾ, ਕੁਛ ਦਾ ਕੋਈ ਵਿੱਚ ਹੈ ਥੋੜਾ ਜਿਹਾ, ਪੁਰਾਣਾ ਵੀ ਹੈ ਥੋੜਾ ਜਿਹਾ। ਠੀਕ ਠੀਕ ਠੀਕ।
ਹੋਰ ਕੋਈ ਗੱਲਬਾਤ ਕੋਈ ਮੈਸੇਜ? ਹੋਰ ਉਹ ਡੇਰਾ ਉਹਨਾਂ ਦਾ ਜਿਹੜਾ ਸੀ ਉੱਥੇ ਹੀ ਤੁਸੀਂ ਗਏ ਸੀ, ਉਹੀ ਡੇਰਾ ਜਿੱਥੇ ਬੈਠੇ ਸਨ? ਹਾਂ ਹਾਂ, ਉੱਥੇ ਸਿਰਫ ਇੰਨਾ ਕੁ ਚੇਂਜ ਹੋਇਆ ਕਿ ਉਹ ਖੂਹ ਸੀ, ਹਾਂ ਖੂਹ ਖਤਮ ਹੋ ਗਿਆ। ਖੂਹ ਦੀ ਭਲਾ ਕੀ ਹਾਲ ਸੀ, ਨਾਂ ਕੀ ਸੀ ਖੂਹ ਦਾ? ਉਹ ਚੋਈ ਸਰਵਰ ਦਾ ਹੀ ਖੂਹ ਸੀ, ਚੋਈ ਸਰਵਰ ਦੇ ਨਾਂ ਦੇ ਸੀ। ਅੱਛਾ ਅੱਛਾ, ਦੇ ਨਾਂ ਜੀ। ਚੌਧਰੀਆਂ ਦੇ ਡੇਰੇ ਤੋਂ ਮਸ਼ਹੂਰ ਸੀ, ਚੌਧਰੀਆਂ ਦਾ ਬਾਗ, ਬਾਗ ਸੀ ਬਹੁਤ ਵੱਡਾ ਉਹਨਾਂ ਲਾਇਆ ਹੁੰਦਾ। ਕੁਛ ਵੀ ਨਹੀਂ ਉਹਦੇ ਮੁਕਾਬਲੇ। ਆਪਣੀ ਫੈਮਿਲੀ ਤੋਂ ਇਲਾਵਾ ਹੋਰ ਵੀ ਕਿਸੇ ਘੁੰਮਣ ਸਰਦਾਰਾਂ ਨੂੰ ਜਾਣਦੇ ਹੋ ਜੋ ਇੱਥੋਂ ਦੇ ਨਾਂ? ਮਤਲਬ ਮੈਂ ਤਾਂ ਨਹੀਂ ਇੰਨਾ ਜਾਣਦਾ, ਲੇਕਿਨ ਸਰਫਾਜ਼ ਭਾਈ ਜਿਹੜੇ ਨੇ ਉਹਨਾਂ ਨਾਲ ਤਾਂ ਮੈਂ ਗੱਲਬਾਤ ਪਹਿਲੇ ਹੀ ਕਰ ਚੁੱਕਿਆ ਹਾਂ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਸਭ ਸ਼ੁਕਰੀਆ। ਬਾਹਰ ਰੱਖੋ।